ਹੈਲੋ ਵੀ ਦੋਸਤੋ, ਕਿੱਦਾਂ ਸਾਰੇ ਦੋਸਤੋ? ਤਾਂ ਤੁਹਾਨੂੰ ਅੱਜ ਇੱਕ ਅਨੋਖੀ ਚੀਜ਼ ਵਿਖਾਵਾਂਗੇ ਆਪਾਂ। ਆਹ ਦੇਖੋ ਦੋਸਤੋ, ਇਹਨੂੰ ਨਾ ਧਿਆਨ ਨਾਲ ਦੇਖੋ, ਇਹਨੂੰ ਇਸਵ ਕਹਿ ਦਿੰਦੇ। ਇਸਵ ਆਪਣੇ ਪੰਜਾਬ ਵਾਲਿਆਂ ਨੂੰ ਤਾਂ ਇਹਦੀ ਖੇਤੀ ਦੇ ਬਾਰੇ ਵਾਲੇ ਕੋਈ ਜਾਣਕਾਰੀ ਨਹੀਂ ਹੋਣੀ ਵੀ ਕੀ ਚੀਜ਼ ਹੈ ਇਹ। ਆਹ ਦੇਖੋ, ਇੱਧਰ ਤਾਂ ਮੁਰੱਬਿਆਂ ਦੇ ਹਿਸਾਬ ਨਾਲ ਲੱਗਿਆ ਹੋਇਆ ਇਹ, ਇਸ ਨੂੰ ਇਸਵ ਕਹਿ ਦਿੰਦੇ। ਇਹਦੇ ਵਿੱਚ ਦੋਸਤੋ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ। ਇਹਨੂੰ ਕੋਈ ਬੰਦਾ ਜਿਵੇਂ ਕਬੱਡੀ ਵਾਲੇ ਖਿਡਾਰੀ ਹੋ ਗਏ ਜਾਂ ਕੋਈ ਹੋਰ ਕੋਈ ਵੀ ਚੀਜ਼ ਹੈ ਵਿੱਚ, ਉਹਦੇ ਵਿੱਚ ਪਾਉਣ ਦੇ ਵਿੱਚ ਯੂਸ ਦੇ ਵਿੱਚ ਕਾਬਲ, ਬਹੁਤ ਵਧੀਆ ਚੀਜ਼ ਹੈ ਇਹ। ਤਾਂ ਇਹਨੂੰ ਪਾਣੀ ਦੀ ਗੱਲ ਕਰੀਏ ਵੀ ਇਹਨੇ ਟਿੱਬਿਆਂ ਦੇ ਉੱਤੇ ਵੇਖੋ, ਇਹ ਜਿਹੜੇ ਉੱਚੇ ਟਿੱਬੇ ਆ ਉੱਥੇ ਪਾਣੀ ਕਿਵੇਂ ਦਿੰਦੇ ਇਹਨਾਂ ਨੂੰ, ਇਹ ਦਿਖਾਉਂਦੇ ਹਾਂ ਦੋਸਤੋ ਤੁਹਾਨੂੰ। ਦੇਖੋ ਇੱਧਰ, ਆਹ ਦੇਖੋ ਦੋਸਤੋ, ਆਹ ਫੁਹਾਰੇ ਰਾਹੀਂ ਇਹਨੂੰ ਪਾਣੀ ਦਿੱਤਾ ਜਾਂਦਾ। ਫੁਹਾਰੇ ਆ ਆ ਪੈਪਾਂ, ਪੈਪਾਂ ਵਿਛਾਉਂਦਾ ਡੈੱਗ ਵਿੱਚ, ਤਾਂ ਫੁਹਾਰਿਆਂ ਰਾਹੀਂ ਇਹਨੂੰ ਪਾਣੀ ਦਿੱਤਾ ਜਾਂਦਾ। ਅਤੇ ਇੱਧਰ ਆਪਾਂ ਕਟਿੰਗ ਚੱਲ ਰਹੀ ਹੈ ਜੀਰੇ ਦੀ, ਆਹ ਨਾਲ ਜੀਰਾ ਇੱਧਰ, ਇਹ ਵੀ ਆਪਾਂ ਕੱਟਣਾ ਇੱਧਰ। ਤਾਂ ਦੋਸਤੋ ਇੱਧਰ ਆਇਆ ਕਰੋ ਯਾਰ, ਪੰਜਾਬ ਵਾਲੇ ਕੋਈ ਗਰੀਬ ਭਰਾ ਜਿਹੜੇ ਆਪਣੇ, ਠੀਕ ਹੈ, ਉਹਨਾਂ ਨੂੰ ਬਸ ਜਿਹੜੇ ਮਿਹਨਤ ਕਰਦੇ ਹੱਥੀ, ਪੰਜਾਬ ਦੇ ਵਿੱਚ ਤਾਂ 300 ਰੁਪਈਏ ਦਿਹਾੜੀ ਹੈ, ਇੱਧਰ ਦੋਸਤੋ ਵਧੀਆ 700 ਰੁਪਈਏ 800 ਰੁਪਈਏ ਦਿਹਾੜੀ ਚੱਲਦੀ ਹੈ ਵਧੀਆ। ਅਤੇ ਕੰਮ ਕਰਨਾ ਹੋ ਯਾਰ ਵਧੀਆ, ਇੱਧਰ ਸ਼ੌਂਕ ਨਾਲ ਕੰਮ ਕਰੋ ਆਪਦਾ, ਨਜ਼ਾਰੇ ਲਓ। ਹੁਣ ਕੋਈ ਮਹੀਨਾ ਦਾ ਸੀਜ਼ਨ ਹੈ, ਸਾਨੂੰ ਇੱਕ ਮਹੀਨਾ ਮਸਾਂ ਲੱਗੂ ਦੋਸਤੋ ਇੱਧਰ, ਅਤੇ ਇੱਕ ਬੰਦੇ ਨੂੰ 25-30 ਹਜ਼ਾਰ ਰੁਪਈਆ ਆ ਜਾਂਦਾ ਵਧੀਆ ਆਰਾਮ ਨਾਲ ਇੱਕ ਮਹੀਨੇ ਦੇ ਵਿੱਚ, ਵੀ ਜੋੜੀ ਮਨ ਕੇ 50 ਹਜ਼ਾਰ ਰੁਪਈਏ ਦਾ ਕੰਮ ਕਰ ਦਿੰਦੀ ਹੈ ਵਧੀਆ। ਕੋਈ ਇੱਧਰ ਖਰਚੇ ਨਹੀਂ, ਕੋਈ ਉੱਧਰ ਖਰਚੇ ਨਹੀਂ, ਕਿਉਂਕਿ ਇੱਧਰ ਕੋਈ ਨਾ ਤਾਂ ਕੋਈ ਦੁਕਾਨ ਹੈ ਅਤੇ ਨਾ ਕੋਈ ਇੱਧਰ ਕੁਛ ਹੋਰ ਹੈ। ਦੇਖੋ ਇੱਧਰ ਤੁਹਾਨੂੰ ਕਹਾਂ ਜਾ ਕੇ ਦਿਖਾਉਣੇ ਵਿਊ, ਬਣੇ ਰਿਹਾ ਕਰੋ ਵੀਡੀਓ ਦੇ ਐਂਡ ਤੱਕ, ਜ਼ਰੂਰ ਦੇਖਿਆ ਕਰੋ ਯਾਰ, ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ, ਅਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ, ਤਾਂ ਕਿ ਜੋ ਮੈਂ ਹੋਰ ਕੋਈ ਇਹੋ ਜਿਹੀ ਵਧੀਆ ਵੀਡੀਓ ਪਾਵਾਂ ਆਪਣੇ ਗਰੀਬ ਭਰਾਵਾਂ ਲਈ, ਤਾਂ ਉਹ ਤੁਹਾਡੇ ਤੱਕ ਜ਼ਰੂਰ ਪਹੁੰਚੇ। ਆਹ ਦੇਖੋ ਦੂਰ ਦੂਰ ਤੱਕ, ਉਹ ਬੰਦੇ ਆਪਣੇ 3 ਬੰਦੇ ਲੱਗੇ ਪਏ ਆ, ਮੈਂ ਫਰੈਸ਼ ਹੁਣ ਆਇਆ ਇੱਧਰ। ਤਾਂ ਬਸ ਆਹੀ ਦਿੱਕਤ ਇੱਧਰ ਯਾਰ, ਦੁਕਾਨ ਵਗੈਰਾ ਡਾਕਟਰ ਵਗੈਰਾ ਦੀ ਥੋੜ੍ਹੀ ਜ਼ਿਆਦਾ ਦਿੱਕਤ ਆਉਂਦੀ ਹੈ ਇੱਧਰ, ਵੀ ਕਿ ਕੋਈ ਬੰਦਾ ਬਿਮਾਰ ਹੋ ਜੇ, ਬੱਚੇ ਬੁੱਚੇ ਨੂੰ ਲਿਆਉਣ ਵਾਲਾ ਵੀਰ ਕੇ ਵੈਸੇ ਹੈ ਨਹੀਂ। ਤਾਂ ਜੇ ਕਿ ਮੇਰਾ ਭਰਾ ਕੋਈ ਬੱਚਿਆਂ ਵਾਲਾ ਹੈਗਾ, ਬੱਚੇ ਆਪਦੇ ਕੋਲ ਉੱਥੇ ਪਿੰਡ ਛੱਡ ਕੇ ਆਊ, ਕੰਮ ਕਰਨ ਇੱਧਰ ਜ਼ਰੂਰ ਆਓ, ਕੰਮ ਵਧੀਆ ਮਿੱਤਰੋ, ਕੰਮ ਨਹੀਂ ਮਾੜਾ। ਆਹ ਦੇਖੋ ਇਹ ਗੱਠਾਂ ਬਣਾਈਆਂ ਹੋਈਆਂ, ਆਹ ਜੀਰੇ ਦੀਆਂ ਗੱਠਾਂ ਬਣੀਆਂ ਹੋਈਆਂ, ਤਾਂ ਇਹਦੇ ਤਰ੍ਹਾਂ ਦੇਖੋ ਲਿਫਾਫੇ ਰੱਖੇ ਹੋਏ ਭਰ ਭਰ ਕੇ ਵੀ, ਅਤੇ ਜੋ ਮਿੱਟੀ ਦੇ ਰੇਤ ਦੇ ਭਰ ਭਰ ਲਿਫਾਫੇ ਰੱਖ ਦਿੰਦੇ ਆ, ਅਤੇ ਕਿਉਂਕਿ ਇੱਧਰ ਤੂਫਾਨ ਆਉਂਦੀ, ਤੂਫਾਨ ਬਹੁਤ ਜ਼ਿਆਦਾ ਆਉਂਦੇ ਯਾਰ, ਬਰੋਲੇ ਹੋ ਗਏ ਦਿਨੇ, ਹਵਾ ਬਹੁਤ ਤੇਜ਼ ਚੱਲਦੀ ਰਹਿੰਦੀ ਹੈ। ਉਹ ਦੇਖੋ ਇੱਧਰ ਦੂਰ ਦੂਰ ਤੱਕ ਟਿੱਬੇ ਟਿੱਬੇ ਦੇ ਨਜ਼ਰ ਆਉਣਗੇ ਤੁਹਾਨੂੰ, ਮੈਂ ਜ਼ੂਮ ਕਰਕੇ ਦਿਖਾਉਂਦਾ ਤੁਹਾਨੂੰ, ਉਹ ਵੇਖੋ ਦੂਰ ਦੂਰ ਤੱਕ, ਉਹ ਵੇਖੋ ਟਿੱਬੇ ਟਿੱਬੇ, ਉਹ ਕਾਲਾ ਕਾਲੇ ਪੱਥਰ ਦੇ ਟਿੱਬੇ ਆ ਗਏ ਗਾਂ, ਜਦੋਂ ਗਾਂ ਪਾਕਿਸਤਾਨ ਸਟਾਰਟ ਹੋ ਜਾਂਦਾ ਮਿੱਤਰ ਉਦੋਂ। ਆਹ ਦੇਖੋ ਉਹ ਬੰਦੇ ਤੁਰੇ ਆਉਂਦੇ ਆਪਣੇ ਕੁਛ, ਉਹ ਉਹਦੇ ਪਿੱਛੇ ਆਪਣਾ ਤੰਬੂ ਆ, ਤਾਂ ਕੁਛ ਬੰਦੇ ਇੱਧਰ ਆਪਣੇ ਕੰਮ 'ਤੇ ਲੱਗੇ ਹੋਏ ਆ। ਆਹ ਦੇਖੋ ਬਹੁਤ ਵਧੀਆ ਏਰੀਆ ਯਾਰ, ਆਪਣੇ ਦੋਸਤਾਂ ਗਰੀਬ ਭਰਾਵਾਂ ਲਈ ਕੰਮ ਕਰਨ ਲਾਓ ਯਾਰ ਵਧੀਆ। ਆਪਣੇ ਪੰਜਾਬ 'ਚ ਤਾਂ ਯਾਰ ਕੁਛ ਵੀ ਨਹੀਂ ਰਹਿ ਗਿਆ ਯਾਰ, ਮਾੜਾ ਨਹੀਂ ਕਹਿੰਦੇ ਵੈਸੇ ਪੰਜਾਬ ਨੂੰ, ਪਰ ਪੰਜਾਬ ਨੂੰ ਆਪਣੇ ਜੱਟ ਜ਼ਿਮੀਂਦਾਰ ਆ ਜਿਹੜੇ, ਉਹਨਾਂ ਨੇ ਲੈ ਲਿਆ ਯਾਰ, ਨਾ ਤਾਂ ਕੋਈ ਕਿਸੇ ਨੂੰ ਮਜ਼ਦੂਰੀ ਦਿੰਦਾ ਚੱਜ ਨਾਲ, ਨਾ ਕੋਈ ਕਿਸੇ ਨੂੰ ਦਿਹਾੜੀ ਦਿੰਦਾ ਚੱਜ ਨਾਲ।
ਝੋਨੇ ਦਾ ਕੰਮ ਰਹਿ ਗਿਆ ਇਕੱਲਾ ਲਵਾਈ ਦਾ, ਉਹ ਵੀ ਹੁਣ ਮਾਨ ਸਾਹਿਬ ਨੇ ਬੇੜੀ ਬਹਾਤੀ ਮਸ਼ੀਨ, ਹੁਣ ਕਹਿੰਦੇ ਜਿਹੜਾ ਬੀਜੂਗਾ ਝੋਨਾ ਹੁਣ 2500 ਰੁਪਇਆ ਪ੍ਰਤੀ ਕਿੱਲੇ ਦਾ ਤਾਂ ਮੈਂ ਦੇਊਂਗਾ, ਅਤੇ ਗਰੀਬਾਂ ਨੂੰ ਕੀ ਦੇ ਰਹੀ ਹੈ ਮਾਨ ਸਰਕਾਰ, ਪੁੱਛਣ ਵਾਲਾ ਹੋਵੇ ਕੋਈ ਤਾਂ ਦੇਖੋ। ਚਲੋ ਦੋਸਤੋ, ਹੁਣ ਆਪਾਂ ਲੱਗ ਰਹੇ ਹਾਂ ਕੰਮ 'ਤੇ, ਤਾਂ ਅਲਵਿਦਾ ਭਾਈ। ਆਉਣ ਵਾਲੀ ਵੀਡੀਓ ਦੇਖਣ ਲਈ ਚੈਨਲ ਨੂੰ ਕਰੋ ਆਪਣੇ ਨੂੰ ਸਬਸਕ੍ਰਾਈਬ, ਜ਼ਰੂਰ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਆਉਣ ਵਾਲੀ ਵੀਡੀਓ ਦੇਖਣ ਲਈ। ਮਿੱਤਰੋ ਉਹ ਦੇਖੋ ਮੁੰਡੇ ਪੱਟ ਰਹੇ ਆ ਵੀਡੀਓ, ਦੇਖੋ ਦਸਤਾਨੇ ਚੜ੍ਹਾ ਕੇ ਪੱਟਣੇ ਪੈਂਦੇ, ਚੱਲ ਜਾਂਦਾ ਹਥਿਆਰ ਸਾਰੇ ਇਹ ਮੁੰਡਿਆਂ ਨੂੰ ਲੱਗੇ ਆ ਕੇ, ਮੈਂ ਵੀ ਲੱਗਣਾ ਹੁਣੇ ਆ ਕੇ। ਹਾਂ ਠੀਕ ਹੈ ਠੀਕ ਹੈ, ਹਾਂ ਬਾਏ ਅਲਵਿਦਾ।